देखो दोस्तों, करंट अफेयर जी तुसीं पंजाब दा कोई भी गवर्नमेंट एग्जाम दे रहे हो, हर एग्जाम विच करंट अफेयर आउंदी है। ते इस वीडियो विच लास्ट 6 मंथ दी जिहड़ी करंट अफेयर आ उस रिलेटड वन लाइनर क्वेश्चन इनकलूड कीते ने। जे ये वीडियो तुहानूं बेनीफिशियल लगदी है तां प्रोमिस करो मेरे नाल चैनल नूं सबसक्राइब भी करोगे एंड वीडियो नूं शेयर भी करोगे ते वीडियो नूं लाइक भी करोगे। ओके दोस्तों, हुण ज़्यादा टाइम वेस्ट नहीं करते, सब तो पहले क्वेश्चन नंबर 1 की गल करिए। पंजाब सरकार ने जनवरी के महीने डैश नूं समर्पित किया है। जे एग्जाम विच क्वेश्चन यह बनता है, पंजाब सरकार ने गर्ल चाइल्ड जिहड़ी बच्चियां हुंदियां उन्हां नूं किहड़ा महीना समर्पित किया है? तो याद रखो, जनवरी का महीना, अते जनवरी का महीना किन्हां नूं समर्पित किया? कुड़ी बच्चा जिहड़ा गर्ल चाइल्ड हुंदे ने, फीमेल बच्चे हुंदे ने, उन्हां नूं समर्पित किया गया सी, जिस दे तहत उन्हां नूं जिहड़ी जॉनसन बेबी किट दी अते 5100 रुपये दा ਦੀ ਰਾਸ਼ੀ ਦਿੱਤੀ ਗਈ ਸੀ। ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ, ਰਾਸ਼ਟਰੀ ਬਾਲੜੀ ਦਿਵਸ ਨੈਸ਼ਨਲ ਗਰਲ ਚਾਈਲਡ ਡੇ ਕਦੋਂ ਬਣਾਇਆ ਗਿਆ? 24 ਜਨਵਰੀ ਨੂੰ ਬਣਾਇਆ ਗਿਆ ਸੀ। ਕੁਐਸਚਨ ਨੰਬਰ 3 ਦੀ ਗੱਲ ਕਰੀਏ, ਪੰਜਾਬ ਸਕੀਮ ਵਸੇਰਾ ਪ੍ਰੋਜੈਕਟ ਡੈਸ਼ ਦਾ ਸ਼ਕਤੀਕਰਨ ਨਾਲ ਸੰਬੰਧਿਤ ਹੈ। ਜਿਹੜਾ ਵਸੇਰਾ ਪ੍ਰੋਜੈਕਟ ਲਾਂਚ ਕੀਤਾ ਸੀ ਸਰਕਾਰ ਨੇ, ਉਹ ਝੁੱਗੀ ਝੌਂਪੜੀਆਂ ਵਾਲੇ ਨਵੇਂ ਪੱਕੇ ਘਰ ਦੇਣ ਵਾਸਤੇ ਇਹ ਸਕੀਮ ਲਾਂਚ ਕੀਤੀ ਸੀ। ਕੁਐਸਚਨ ਨੰਬਰ 4 ਦੀ ਗੱਲ ਕਰੀਏ, ਮਲੇਰਕੋਟਲਾ ਐਲਾਨਿਆ ਗਿਆ। ਕੀ ਐਲਾਨਿਆ ਗਿਆ? ਮਲੇਰਕੋਟਲਾ ਆਪਣਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ ਗਿਆ ਹੈ। ਕਿਹੜਾ? ਮਲੇਰਕੋਟਲਾ। ਐਂਡ ਦੋਸਤੋ, ਇੱਕ ਗੱਲ ਹੋਰ, ਜੇ ਤੁਸੀਂ ਹਾਲੇ ਤੱਕ ਮੈਨੂੰ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ 'ਤੇ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ, ਜਾ ਕੇ ਜ਼ਰੂਰ ਜੁਆਇਨ ਕਰ ਲਓ। ਹਰ ਅਪਡੇਟ, ਹਰ ਕਲਾਸਿਸ ਰਿਗਾਰਡਿੰਗ ਅਪਡੇਟ ਤੁਹਾਨੂੰ ਵਟਸਐਪ ਗਰੁੱਪ ਅਤੇ ਟੈਲੀਗ੍ਰਾਮ ਵਿੱਚ ਮਿਲਦੀ ਰਹੇਗੀ। ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ, ਵੱਧ ਰਹੇ ਉਦਯੋਗਿਕ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਸਾਂਝੇਦਾਰੀ ਦਾ ਐਲਾਨ ਕੀਤਾ। ਮਤਲਬ ਕਿ ਜਿਹੜਾ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਕਿਸੇ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ, ਤਾਂ ਉਹ ਦੋ ਕੰਪਨੀ ਨੇ, ਅਬਦੁਲ ਲਤੀਫ ਜਮੀਲ ਗਰੀਬ ਐਕਸ਼ਨ, ਜਿਹਨੂੰ ਆਪਾਂ ਜੇਪਾਲ ਦੇ ਨਾਮ ਨਾਲ ਜਾਣਦੇ ਹਾਂ, ਅਤੇ ਇਹ ਸੈਕਿੰਡ ਕੰਪਨੀ ਜਿਹੜੀ ਐਪਿਕ ਇੰਡੀਆ, ਇਹਨਾਂ ਦੋ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਕਿ ਹਵਾ ਦਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ, ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਵਧਾ ਕੇ ਕਿੰਨੀ ਕਰ ਦਿੱਤੀ ਹੈ? 1500 ਰੁਪਏ ਇਹ ਕਰ ਦਿੱਤੇ ਆ। ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਖੋਜਕਰਤਾਵਾਂ ਅਤੇ ਵਿਗਿਆਨੀਆਂ ਨੂੰ ਡੈਸ਼ ਲਈ ਇੱਕ ਪੇਟੈਂਟ ਦਿੱਤਾ ਜਾਂਦਾ। ਦੋਸਤੋ, ਪੇਟੈਂਟ ਕੀ ਹੁੰਦਾ? ਜੇ ਕੋਈ ਕਾਰਡ ਕੱਢਦਾ ਹੈ, ਜਿਵੇਂ ਇਗਜ਼ੈਂਪਲ ਦੇ ਤੌਰ 'ਤੇ ਕਿਸੇ ਨੇ ਮੋਬਾਈਲ ਦੀ ਕਾਰਡ ਕੱਢੀ ਹੈ, ਤਾਂ ਉਸ ਨੂੰ ਮੋਬਾਈਲ ਦਾ ਖੋਜਕਰਤਾ ਯਾਨੀ ਪੇਟੈਂਟ ਮੰਨਿਆ ਜਾਵੇਗਾ। ਤਾਂ ਹੁਣ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਫਲ ਸੁਆਦੀ ਚੋਕਲੇਟ, ਮਤਲਬ ਕਿ ਫਰੂਟ ਫਲੇਵਰਡ ਚੋਕਲੇਟ ਕੱਢੀ ਸੀ, ਜਿਸ ਦਾ ਪੇਟੈਂਟ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਅਤੇ ਵਿਗਿਆਨੀਆਂ ਨੂੰ ਦਿੱਤਾ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ, ਡੈਸ਼ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੁਧਾਰੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਸੀ। ਕਦੋਂ ਕੀਤੀ ਸੀ ਇਹ ਤੰਦਰੁਸਤ ਪੰਜਾਬ ਮਿਸ਼ਨ? ਜਿਹੜਾ ਲਾਂਚ ਕੀਤਾ ਸੀ ਇਹ 5 ਜੂਨ ਨੂੰ ਕੀਤਾ ਸੀ। ਕੁਐਸਚਨ ਨੰਬਰ 9 ਦੀ ਗੱਲ ਕਰੀਏ, ਨੀਤੀ ਆਯੋਗ ਦੇ 1 ਬਿਲੀਅਨ ਬੂਟੇ ਲਾਉਣ ਦੇ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਕਿਹੜਾ ਜ਼ਿਲ੍ਹਾ ਸਭ ਤੋਂ ਪਹਿਲੇ ਸਥਾਨ 'ਤੇ ਆਇਆ? ਤਾਂ ਮੋਗੇ ਜ਼ਿਲ੍ਹਾ ਇਹ ਸਭ ਤੋਂ ਪਹਿਲੇ ਸਥਾਨ 'ਤੇ ਆਇਆ, ਜਿਸ ਨੇ 1 ਬਿਲੀਅਨ ਬੂਟੇ ਆਲਰੇਡੀ ਆਪਣੇ ਏਰੀਏ ਵਿੱਚ ਲਗਾ ਦਿੱਤੇ। ਇਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ, ਪੰਜਾਬ ਦੇ ਤਜਿੰਦਰ ਪਾਲ ਸਿੰਘ ਤੂਰ ਨੇ ਓਲੰਪਿਕ ਸ਼ਾਨ ਲਈ 22 ਮੀਟਰ ਦਾ ਟੀਚਾ ਰੱਖਿਆ, ਉਹ ਕਿਹੜੀ ਖੇਡ ਨਾਲ ਖੇਡਦਾ ਸੀ? ਸਿੰਪਲ ਗੱਲ ਕਰੀਏ, ਕੁਐਸਚਨ ਇਹ ਪੁੱਛਿਆ ਹੈ ਕਿ ਤਜਿੰਦਰ ਪਾਲ ਸਿੰਘ ਹੈ ਜਿਹੜਾ, ਉਹ ਕਿਹੜੀ ਖੇਡ ਨਾਲ ਸੰਬੰਧ ਰੱਖਦਾ? ਇਹ ਸ਼ੋਟ ਪੁੱਟ ਖੇਡ ਨਾਲ ਸੰਬੰਧ ਰੱਖਦਾ ਹੈ। ਕੁਐਸਚਨ ਨੰਬਰ 11 ਦੀ ਗੱਲ ਕਰੀਏ, ਪੁਰਸ਼ ਹਾਕੀ ਟੀਮ ਭਾਰਤ ਦਾ ਕਪਤਾਨ ਕੌਣ ਹੈ? ਜਿਹੜੀ ਹਾਕੀ ਟੀਮ ਆਪਣੀ ਭਾਰਤ ਦੀ, ਉਸਦਾ ਕਪਤਾਨ ਕੌਣ ਹੈ? ਮਨਪ੍ਰੀਤ ਸਿੰਘ ਹੈ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਵਿੱਚ ਬਹੁਤ ਵਾਰ ਇਹ ਚੀਜ਼ਾਂ ਪੁੱਛ ਲਈ ਜਾਂਦੀਆਂ ਨੇ। ਇਸ ਤੋਂ ਬਾਅਦ ਕੁਐਸਚਨ ਨੰਬਰ 12 ਦੀ ਗੱਲ ਕਰੀਏ, ਪੰਜਾਬ ਸਰਕਾਰ ਦੁਆਰਾ ਨਾਗਰਿਕਾਂ ਦੁਆਰਾ ਖਪਤਕਾਰ ਦੀ ਸ਼ਿਕਾਇਤਾਂ ਦੀ ਈ ਫਾਈਲਿੰਗ ਲਈ ਪੋਰਟਲ ਦਾ ਨਾਮ ਦੱਸੋ। ਤਾਂ ਉਸਨੂੰ ਈ ਦਾਖਿਲਦਾਰ ਨਾਂ ਹੈ ਜਿਹੜਾ, ਜਿਸ ਵਿੱਚ ਆਪਾਂ ਈ ਫਾਈਲ, ਮਤਲਬ ਕੋਈ ਵੀ ਫੋਰਮ ਜਾਂ ਕੋਈ ਵੀ ਚੀਜ਼ ਅਪਲਾਈ ਕਰ ਸਕਦੇ ਹਾਂ, ਜਿਵੇਂ ਆਧਾਰ ਕਾਰਡ, ਵੋਟਰ ਕਾਰਡ। ਇਸ ਵਾਸਤੇ ਇੱਕ ਨਵਾਂ ਜਿਹੜਾ ਪੋਰਟਲ ਲਾਂਚ ਕੀਤਾ ਸੀ, ਜਿਸ ਨੂੰ ਈ ਦਾਖਿਲ ਦਾ ਨਾਮ ਦਿੱਤਾ ਗਿਆ। ਕੁਐਸਚਨ ਨੰਬਰ 13 ਦੀ ਗੱਲ ਕਰੀਏ, ਪੰਜਾਬ ਸਰਕਾਰ ਦੁਆਰਾ ਆਸ਼ੀਰਵਾਦ ਸਕੀਮ ਦੀ ਰਕਮ ਵਧਾ ਕੇ ਡੈਸ਼ ਕਰ ਦਿੱਤੀ। ਆਸ਼ੀਰਵਾਦ ਸਕੀਮ ਦੀ ਜਿਹੜੀ ਰਕਮ ਸੀ ਇਹ ਕੁੜੀਆਂ ਨੂੰ ਵਿਆਹ ਵਿੱਚ ਦਿੱਤੀ ਜਾਂਦੀ ਸੀ, ਮਤਲਬ ਕਿ ਜਿਨ੍ਹਾਂ ਦਾ ਵਿਆਹ ਹੁੰਦਾ ਸੀ ਉਹਨਾਂ ਨੂੰ ਇੱਕ ਸਕੀਮ ਦੇ ਥਰੂ 51,000 ਰੁਪਏ ਜਿਹੜੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਕੁਐਸਚਨ ਨੰਬਰ 14 ਦੀ ਗੱਲ ਕਰੀਏ, ਭਾਰਤ ਦੇ ਸਭ ਤੋਂ ਉੱਚਾ ਏਅਰ ਪਿਓਰੀਫਾਇਰ ਫਿਲਟਰ ਅਜਮਾਇਸ਼ ਦੇ ਆਧਾਰ 'ਤੇ ਡੈਸ਼ ਵਿੱਚ ਸਥਾਪਿਤ ਕੀਤਾ ਗਿਆ, ਮਤਲਬ ਕਿ ਹਵਾ ਨੂੰ
प्योर करने वाला एक फिल्टर लगाया गया है, चंडीगढ़ विच लगाया गया है। क्वेश्चन नंबर 15 की गल करिए, पंजाब के किस पावर प्लांट ने ICSI द्वारा कारपोरेट गवर्नेंस विच उत्तमता लई 16वें राष्ट्रीय पुरस्कार विच दो वक्री पुरस्कार जीते ने? तलवंडी साबो पावर लिमिटेड ने दो जड़े पुरस्कार जीते ने जिड़े कि ICSI द्वारा ओपरेट किए गए थे। क्वेश्चन नंबर 16 की गल करिए, श्री गुरु तेग बहादुर साहिब जी की अध्यात्मिक यात्रा का कैलेंडर और दस्तावेज किसने तैयार किया है? काफ़ी इंपोर्टेंट क्वेश्चन है, याद रखियो भी हरप्रीत संधू ने जो गुरु तेग बहादुर के नाल रिलेटड एक कैलेंडर और दस्तावेज तैयार करवाए ने। क्वेश्चन नंबर 17 की गल करिए, साल 2021 असी गुरु तेग बहादुर साहिब जी का डैश जन्म साल मना रहे हाँ। यह 400वां सी जिहड़ा 2021 सैलीब्रेट होया सी। ओके दोस्तों, क्वेश्चन नंबर 18 की गल करिए, पंजाब आर्थिक सर्वेक्षण इकनोमिक सर्वे शुरू करने वाली संस्था का नाम दसो। सिंपल जहा क्वेश्चन है, जिसने इकनोमिक सर्वे शुरू की उसकी संस्था का नाम क्या है? आर्थिक आंकड़ा संस्थान इसमें आप कहने। क्वेश्चन नंबर 19 की गल करिए, 2021 का वित्त मंत्री कौन सी? तो मनप्रीत सिंह बादल से पंजाब से, तो हूँ कौन है? मैं तुम्हें ऑलरेडी यह वीडियो प्रोवाइड करवा दी है, जिहड़ी भी मिनिस्ट्री अपनी पंजाब की, यह याद कर लो, एक क्वेश्चन पक्का आता है। इस जिहड़ी लेटेस्ट मिनिस्ट्री 2022 आम आदमी पार्टी की बनी है, उसका लिंक मैं इस वीडियो के एंड में तुम्हें दे देंगे, जाके एक बार विजिट जरूर कर लो, एक क्वेश्चन पक्का एग्जाम इन्हों में बनता है। क्वेश्चन नंबर 20 की गल करिए, घर घर रोज़गार प्रोग्राम नाल संबंधित है मेगा नौकरी मेले। नॉर्मल जहाँ पता है, सबनों ही पता कि घर घर रोज़गार जी स्कीम क्यों लॉन्च की गई सी, बट ये पूरी नहीं हो सकी। क्वेश्चन नंबर 21 की गल करिए, भूमि वरतों के अंकड़े के अनुसार पंजाब जंगलों हेठ लगभग डैश रकबा होंगे, भाव पंजाब कुल जंगली एरिया किन्ने परसेंट खेत्र घिरया हुआ है? तो 3.67% जिहड़ा पंजाब का जंगली एरिया है। क्वेश्चन नंबर 22 की गल करिए, भारत का न्यूरोन सॉफ्टवेयर टैक्नोलॉजी डैश पार्क डैश विच स्थित है। न्यूरोन सॉफ्टवेयर टैक्नोलॉजी कितने स्थित? अपनी मोहाली विच है। क्वेश्चन नंबर 23 की गल करिए, मानवा संपदा की है? पंजाब सरकार दे सर्विस रिकॉर्ड और सॉफ्टवेयर का कंप्यूटरीकरण है, मतलब कि सरकार जिहड़ी भी आप सरकारी बंदे ने उन्होंने सैलरी मिलती है, उन्होंने दी हाजिरी लगती है, उस सिस्टम नू कि मानव संपदा कहा जाता है, जिस विच पंजाब सरकार दे सर्विस रिकॉर्ड का सॉफ्टवेयर और कंप्यूटरीकरण होंदा है। कहने का भाव जिहड़े सॉफ्टवेयर जिहड़े भी सरकारी नौकर ने है ना, उन्होंने सर्विस का रिकॉर्ड रहिंदा है, उसनू मानव संपदा कहा जाता है। क्वेश्चन नंबर 24 की गल करिए, हाल ही विच पंजाब ने 2021-22 हाड़ी दे मंडीकरण सीजन विच कणक दे उत्पादन विच किहड़े भारतीय राज नू पछाड़ दिता है अते लीड स्थिति नू मुड़ प्राप्त किया है? तो मध्य प्रदेश नू पछाड़ के कणक दे उत्पादन विच 2021 यह अगे आ चुका है मध्य प्रदेश तो। क्वेश्चन नंबर 25 की गल करिए, किहड़ा फार्म बिल ठेके की खेती नाल संबंध है? तरक्की सहूलत बिल 2022 जिहड़े लॉन्च किए गए सी। तो क्वेश्चन नंबर 26 की गल करिए, हेठ लिखियां विचों किहड़ा नवा फार्म एक्ट 2020 विच एक है? द फार्म तीन फार्म तीन होने एक्ट ने, द फार्म्स प्रोड्यूस एंड कमर्स एक्ट 2020, आर्गूमेंट ऑफ प्राइज फार्म सर्विस एक्ट, द एसेंशियल कमोडिटीज एक्ट 2022। तीन याद रखो, एग्जाम में पूछे जा सकते हैं ये काले बिलों बारे। क्वेश्चन नंबर 27 की गल करिए, डैश मिति में 93 फार्म बिल एक्ट बनाए गए सी, जिहड़े ये काले कानून से ये कदों बनाए गए सी? 27 सितंबर 2020 बनाए गए सी। क्वेश्चन नंबर 28 की गल करिए, दूजे पड़ाव विच ई नाम के तहत एकीकरण लई किन्नियां नवीं मंडियां नूं मंजूरी दी गई है? पंजाब विच ई नाम के तहत एकीकरण विच 415 मंडियां नूं मंजूरी दी गई है। क्वेश्चन नंबर 29 की गल करिए, डैश विच खेतीबाड़ी अते मार्केट का जिक्र किया गया है? राज सूची यानी स्टेट लिस्ट विच जिहड़ी कि खेतीबाड़ी अते मार्केट का जिक्र इनकलूड किया गया है। क्वेश्चन नंबर 30 की गल करिए, आनंदपुर साहिब विखे पंजाब की विरासत और सभ्याचार को दर्शाते अजायब घर विरासत ए खालसा ने लगातार तीजे साल सर्वोत्तम पुरस्कार जीता है, किहड़े खेत्र में जीता है? ऊर्जा की संभाल के खेत्र में जीता है। ओके दोस्तों, ये तो सी जस्ट 30 क्वेश्चन, बाकी के क्वेश्चन आप नैक्सट वीडियो कवर करा।
ਅਤੇ ਇਸ ਤਰ੍ਹਾਂ ਦੀ ਜੇ ਹੋਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਮੇਰੇ ਚੈਨਲ ਵਿੱਚ ਤਾਂ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ।